ਫੁਗਵਾੜਾ ਵਿਖੇ ਇੰਡੀਅਨ ਐਕਸ ਸਰਵਿਸਿਜ ਲੀਗ ਫੁਗਵਾੜਾ ਇਕਾਈ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਕੁਲਵੀਰ ਸਿੰਘ ਕਲਿਆਣ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਸੂਬੇਦਾਰ ਮੇਜਰ ਕੁਲਵੀਰ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਜਗਰਾਓਂ ਵਿਖੇ ਇੰਡੀਅਨ ਐਕਸ ਸਰਵਿਸਿਜ ਲੀਗ ਦੀ ਗੋਲਡਨ ਜੁਬਲੀ 2 ਦਸੰਬਰ ਨੂੰ ਮਨਾਈ ਜਾ ਰਹੀ ਹੈ। ਉਹਨਾਂ ਸਮੂਹ ਸਾਬਕਾ ਫੌਜੀਆਂ ਨੂੰ ਗੋਲਡਨ ਜੁਬਲੀ ਸਮਾਗਮ ਵਿੱਚ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ। ਅੱਜ ਫਗਵਾੜਾ ਦੇ ਵਿੱਚ ਐਕਸ ਸਰਵਿਸਮੈਨ ਲੀਗ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ 2 ਦਸੰਬਰ ਨੂੰ ਐਕਸ ਸਰਵਿਸ ਮੈਨ ਦੀ ਗੋਲਡਨ ਜੁਬਲੀ ਮਨਾ ਰਹੇ ਹਾਂ, ਜਿਸ ਵਿੱਚ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਜਨਰਲ ਸ਼ੇਰਗਿੱਲ, GOG MD ਪਹੁੰਚ ਰਹੇ ਨੇ। ਉਹਨਾਂ ਦੇ ਵਿੱਚ ਮੈਂ ਸਾਰੇ ਐਕਸ ਸਰਵਿਸਮੈਨਾਂ ਨੂੰ ਅਪੀਲ ਕਰਦਾ ਕਿ 2 ਤਰੀਕ ਨੂੰ 10 ਵਜੇ ਦੇ ਆਸ ਪਾਸ ਉੱਥੇ ਜਗਰਾਓਂ ਪਹੁੰਚਣ ਦੀ ਕਿਰਪਾਲਤਾ ਕਰਨ। ਜਿਨ੍ਹਾਂ ਨੇ ਜਾਣ ਦੀ ਕੋਈ ਸਾਧਨ ਨਹੀਂ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦੇ, ਜੋ ਕਿ ਮੇਰਾ ਨੰਬਰ ਥੱਲੇ TV ਦੇ ਵਿੱਚ ਤੁਹਾਨੂੰ ਦਿਖਾਈ ਦੇਗਾ, ਤੁਸੀਂ ਸਾਰੇ ਉਸ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ PTI ਦਿਨੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਮੱਖਣ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਜਨਰਲ ਸਕੱਤਰ ਕਿਰਪਾਲ ਸਿੰਘ, ਸਕੱਤਰ ਪ੍ਰੇਮ ਸਿੰਘ ਪੁਲਾਰਾਈ, ਜੁਆਇੰਟ ਸਕੱਤਰ ਪਲਵਿੰਦਰ ਸਿੰਘ, ਜੁਆਇੰਟ ਸਕੱਤਰ ਸੁਖਦੇਵ ਸਿੰਘ, ਖਜਾਨਚੀ ਓਂਕਾਰ ਸਿੰਘ, ਮੁੱਖ ਸਲਾਹਕਾਰ ਰਾਮਪਾਲ, ਸਲਾਹਕਾਰ ਅੰਗਰੇਜ਼ ਸਿੰਘ, ਸਲਾਹਕਾਰ ਦਿਸ਼ਾ ਮਲਕਪੁਰ, ਸਲਾਹਕਾਰ ਚਰਨਜੀਤ ਸਿੰਘ ਆਦਿ ਹਾਜ਼ਰ ਸਨ।